अभी मजा आएगा ना भिड़ो। अस्सलाम वालेकुम, वेलकम बैम संभल वाले तक। की हाल चाल सारे जी? ठीक ठाक होना करिए। टाइम हो गया यार, 8:30 हो गए ने, ते दुकान ते जा रहे हैं। 8:30 नहीं, 8 हो गए ना तकरीबन जी। हाँ, ते जा रहे हैं दुकान ते, सुबह सुबह टाइम है। ते बाकी यार एक थोड़ा सा स्कैम होया एटीएम कार्ड जरा मेरा, वो थोड़ा किसी पंगाबाजी की हैक करने की कोशिश की है। मतलब वो तुम दसना इस कमरी बाद चो, पहले हैक करने का दुकान खोलने तो फिर तुम सोच दसना। हाँ जी शाह जी, तबीयत वाल हो ने कोई है हला अगे ना बेहतरी है ਕਿਹੜਾ ਸਾਮਸੰਗ ਹੈ? S10 Plus ਹੈ। ਇਹ ਸਾਗੇ ਨਾ ਨਹੀਂ ਆਉਂਦਾ, ਡੱਬਾ ਪੈਕੋ ਨਹੀਂ ਆਉਂਦਾ। ਕਿੰਨੇ ਦਾ ਸਾਗੇ ਨਾ? 50 55 ਹਜ਼ਾਰ ਲੱਭ ਜਾਂਦਾ। 50 55 ਹਜ਼ਾਰ। ਹਾਂ। ਫਰੈਸ਼ ਮਾਲ, ਨਵਾਂ ਮਾਲ ਆ ਗਿਆ। ਵਾਹ ਜੀ ਵਾਹ। ਸ਼ਹਿਰ ਦੀ ਤਬੀਅਤ ਖਰਾਬ ਸੀ ਜਿਹੜੇ ਸ਼ਹਿਰ ਰੱਖੇ ਦੁਕਾਨ ਤੇ, ਤੋਕਾ ਲਾਈ ਗਏ ਉਹਦੇ ਵੱਡੇ ਭਾਈ ਨੇ ਆ, ਉਹਨਾਂ ਨੂੰ ਪੁੱਛਿਆ ਕਿ ਸ਼ਹਿਰ ਆ ਤਬੀਅਤ ਠੀਕ ਹੋਈ? ਉਹਨਾਂ ਦੀ ਕੋਈ ਨਹੀਂ ਹੋਈ। ਕਹਿੰਦੇ ਨੇ ਆ ਜਾਂਦੇ ਅੱਜ ਤਬੀਅਤ ਕੋਈ ਠੀਕ ਬਿਹਤਰ ਅੱਗੇ ਨਾਲ। ਅਸੀਂ ਆਏ ਅਸਦ ਭਾਈ ਕੋਲ। ਹੈਲੋ। ਇਹਨੇ ਦੁਕਾਨ ਤੇ ਖੋਲਣੇ ਆਪਣੀ ਦੁਕਾਨ ਬਸ। ਸ਼ਹਿਰ ਸਾਡੇ ਅੱਜ ਆ ਗਏ ਨੇ, ਕੱਲ੍ਹ ਇਹਨਾਂ ਦੀ ਤਬੀਅਤ ਖਰਾਬ ਹੋਈ ਸੀ ਜ਼ਿਆਦਾ ਥੋੜ੍ਹੀ। ਅਸਦ ਭਾਈਆਂ ਨਾਲ ਮੁਬਾਰਕਬਾਦ ਦਿੱਤੀ ਨਹੀਂ ਆ ਕਿ ਉਹਨਾਂ ਮੋਬਾਈਲ ਨਵਾਂ ਲੈ ਕੇ ਆਏ ਤੇ ਮੁਬਾਰਕਬਾਦ ਅਸੀਂ ਸਪੈਸ਼ਲ ਦੁਕਾਨ ਨਾਲ ਦੇਣ ਆਏ ਆ ਜੀ। ਅਸਦ ਭਾਈ ਮੁਬਾਰਕ ਹੋਵੇ ਨਵੇਂ ਮੋਬਾਈਲ ਦੀ, ਵਿਖਾਓ ਸਹੀ। ਮਾਸ਼ਾਅੱਲਾ ਜੀ, ਅੱਗੇ ਤਾਂ ਇੱਥੇ ਆਈ ਹੋਇਆ ਦਿਓ ਨਾ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ! ਜਿਵੇਂ ਦਾ ਮੂੰਹ ਉਵੇਂ ਦਾ ਮੋਬਾਈਲ ਹੈ, ਦੋ ਅੱਖਾਂ ਤੇ ਇੱਧੇ ਵੀ ਦੋ ਅੱਖਾਂ, ਵੇਖ ਸਕਦੇ ਹੋ। ਵਾਹ ਜੀ ਵਾਹ, ਜੀ ਤੋਪਲ ਕਰੋ ਥੋੜ੍ਹਾ। ਆਹ ਜੀ ਥੋੜ੍ਹੀ ਸਪੈਸ ਦੱਸੋ ਕੀ ਕੀ ਇਹਦੇ ਵਿੱਚ ਹੈ। ਮਾਸ਼ਾਅੱਲਾ, ਅੱਲਾਹ ਹੋਰ ਤਰੱਕੀ ਦੇਵੇ ਤੇ ਅੱਲਾਹ ਨਸੀਬ ਕਰੇ। ਆਈਫੋਨ 11 ਹੈ ਜੀ ਜੀ। रोटी कुछ खा के गया, मतलब लेट हो गया इस दुकान तो थोड़ा, ते हुण दोबारा फिर आया मैं घर रोटी वगैरह खाण, तो खा लीए तो फिर दसने फिर अगे की रूटीन है। ਤੁਹਾਨੂੰ ਸਕੈਮ ਜਿਹੜਾ ਆਇਆ ਥੋੜ੍ਹਾ ਬਹੁਤ ਤੁਹਾਨੂੰ ਦੱਸਣਾ ਕਿ ਕਿਵੇਂ ਮੇਰੇ ਨਾਲ ਸਕੈਮ ਹੋਇਆ ਵੇ, ਅਤੇ ਬਾਕੀ ਤੁਸੀਂ ਉਸ ਤੋਂ ਕਿਵੇਂ ਬਚ ਸਕਦੇ ਹੋ। ਮਕਈ ਦੀ ਰੋਟੀ ਨਾਲ ਸਾਗ, ਮੱਖਣ ਅਤੇ ਨਾਲ ਗੁੜ, ਵਾਹ ਜੀ ਵਾਹ, ਕਿਆ ਹੀ ਬਾਤ ਹੈ! ਅਤੇ ਬਾਕੀ ਯਾਰ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਤਾਂ ਕਿ ਤੁਹਾਨੂੰ ਵੀ ਥੋੜ੍ਹਾ ਪਤਾ ਚੱਲ ਜਾਵੇ, ਅਗਰ ਤੁਹਾਡੇ ਨਾਲ ਸਕੈਮ ਹੋ ਰਿਹਾ ਵੇ ਤੁਹਾਨੂੰ ਪਤਾ ਚੱਲ ਜਾਵੇ, ਥੋੜ੍ਹਾ ਤੁਹਾਨੂੰ ਹੁਸ਼ਿਆਰ ਤੁਸੀਂ ਹੋ ਜਾਵੋ, ਅਤੇ ਈਜ਼ੀ ਪੈਸਾ ਵੀ ਹੁੰਦਾ ਵੇ, ਏਟੀਐਮ ਕਾਰਡ ਵੀ ਕਰਦੇ ਨੇ, ਸਭ ਚੀਜ਼ਾਂ ਕਰਦੇ ਨੇ, ਐਕ ਥੋੜ੍ਹੀ ਸਾਰੀ ਤੁਹਾਨੂੰ ਮੈਸੇਜ ਕਰਨ ਦੇ, ਫੋਨ ਕਰਨ ਦੇ, ਇਨਫੋਰਮੇਸ਼ਨ ਤੁਹਾਡੇ ਕੋਲ ਲੈ ਕੇ ਤੁਹਾਡਾ ਏਟੀਐਮ ਕਾਰਡ ਜਾਂ ਤੁਹਾਡਾ ਈਜ਼ੀ ਪੈਸਾ ਜਿਹੜਾ ਐਕ ਕਰ ਲੈਂਦੇ। ਬਾਕੀ ਤੁਹਾਨੂੰ ਮੈਂ ਦੱਸ ਦੇਵਾਂ, ਤੁਹਾਨੂੰ ਮੈਂ ਪਹਿਲੇ ਵਿਖਾਉਂਦਾ ਵਾਂ ਕਿ ਮੈਂ ਮੈਸੇਜ ਕਿਹੜਾ ਆਇਆ ਵੇ। ਹੁਣ ਸਕਰੀਨ 'ਤੇ ਤੁਸੀਂ ਮੈਸੇਜ ਵੇਖ ਰਹੇ ਹੋ, ਉਹਦੇ ਇਹ ਮੈਸੇਜ ਮੈਨੂੰ ਆਇਆ ਸੀ ਅਤੇ ਥੱਲੇ ਉਹਨਾਂ ਆਖਿਆ ਸੀ ਮਤਲਬ ਤੁਹਾਡਾ ਏਟੀਐਮ ਕਾਰਡ ਬਲਾਕ ਹੋ ਗਿਆ ਵੇ ਪਾਕਿਸਤਾਨ ਬੈਂਕ ਦੀ ਤਰਫੋਂ, ਅਤੇ ਤੁਸੀਂ ਅਨਬਲਾਕ ਕਰਨਾ ਚਾਹੁੰਦੇ ਹੋ ਇਸ ਨੰਬਰ 'ਤੇ ਰਾਬਤਾ ਕਰੋ। ਅਤੇ ਬੰਦਾ ਕੋਈ ਵੀ ਹੋਵੇ ਉਹ ਇਸ ਤਰ੍ਹਾਂ ਵੇਖ ਕੇ ਅਤੇ ਉਹ ਆਉਂਦਾ ਯਾਰ ਮੇਰਾ ਏਟੀਐਮ ਕਾਰਡ ਬਲਾਕ ਹੋ ਗਿਆ, ਇਸ ਤਰ੍ਹਾਂ ਹੋ ਗਿਆ, ਅਤੇ ਮੈਂ ਰਾਬਤਾ ਕਰਨਾ ਵਾਂ। ਅਤੇ ਮੈਨੂੰ ਤਾਂ ਪਤਾ ਚੱਲ ਗਿਆ ਸੀ, ਲੇਕਿਨ ਮੈਂ ਫਿਰ ਵੀ ਰਾਬਤਾ ਕੀਤਾ ਉਸ ਨੰਬਰ 'ਤੇ, ਮੈਂ ਰਾਬਤਾ ਕੀਤਾ ਡਾਇਰੈਕਟ, ਮੈਂ ਤੁਹਾਨੂੰ ਵਾਇਸ ਕੁਦਰਤੀ ਮੇਰੀ ਜਿਹੜੀ ਇਹ ਕਾਲ ਰਿਕਾਰਡਿੰਗ ਸਟਾਰਟ ਹੁੰਦੀ ਆ ਆ ਟਾਈਮ, ਕਿਉਂਕਿ ਦੁਕਾਨ 'ਤੇ ਐਸਾ ਕੰਮ ਹੁੰਦਾ ਅਕਸਰ ਬੰਦਿਆਂ ਗਾਹਕਾਂ ਨੂੰ ਜਾਂ ਡੀਲਰਾਂ ਕੋਲ ਰੇਟ ਲਏ ਦੇ, ਰੇਟ ਦੱਸਦੇ ਨੇ, ਉਹ ਫਿਰ ਅਕਸਰ ਯਾਦ ਨਹੀਂ ਰਹਿੰਦਾ ਜਾਂ ਕੁਛ ਮਸਲਾ ਪਰੇਸ਼ਾਨੀ ਬੰਦੇ ਤੋਂ, ਫਿਰ ਉਹ ਬੰਦਾ ਵਾਇਸ ਰਿਕਾਰਡ ਜਿਹੜੀ ਹੈ ਕਾਲ ਰਿਕਾਰਡਿੰਗ ਹੈ ਉਹ ਬਸ ਸੁਣ ਲੈਂਦਾ ਵੈ। ਅਤੇ ਮੈਂ ਉਹ ਕਾਲ ਰਿਕਾਰਡ ਮੇਰੀ ਹੋ ਗਈ, ਮੈਂ ਤੁਹਾਨੂੰ ਕਾਲ ਰਿਕਾਰਡ ਸੁਣਾਉਂਦਾ ਵਾਂ ਕਿਸ ਤਰ੍ਹਾਂ ਉਹ ਡੀਲ ਕਰਦੇ ਨੇ, ਕਿਸ ਤਰ੍ਹਾਂ ਤੁਸੀਂ ਬਚਣਾ ਮੇਰੇ ਤੋਂ, ਭਾਵੇਂ ਅੱਗੋਂ ਗਾਲਾਂ ਕੱਢੋ ਜੋ ਮਰਜ਼ੀ ਕਰੋ। ਅਤੇ ਅਕਸਰ ਇਹ ਸਕੈਮ ਹੀ ਹੁੰਦਾ ਜ਼ਿਆਦਾਤਰ, ਕਿਉਂਕਿ ਉਂਝ ਬੈਂਕ ਵੱਲੋਂ ਜੇ ਕਾਲ ਆਵੇ ਤਾਂ ਉਹ ਆਉਂਦੀ, ਉਹਨਾਂ ਦੇ ਪਿੱਛੇ ਦਾ ਨੰਬਰ ਹੁੰਦਾ ਵੇ ਜਾਂ ਉਹਨਾਂ ਦਾ ਆਪਣਾ ਨੰਬਰ ਹੁੰਦਾ ਵੇ, ਉਹ ਥੋੜ੍ਹੀ ਇਸ ਤਰ੍ਹਾਂ ਇਨਫੋਰਮੇਸ਼ਨ ਨਹੀਂ ਹੋ ਲੈਂਦੇ, ਉਹ ਸਿੱਧਾ ਆਉਂਦੇ ਨੇ ਬੈਂਕ ਆ ਜਾਓ, ਉਂਝ ਕੋਈ ਨਹੀਂ ਆਖਦਾ ਕਿ ਇੱਥੇ ਮੈਨੂੰ ਫੋਨ 'ਤੇ ਇਨਫੋਰਮੇਸ਼ਨ ਦਿਓ, ਆਉਂਦੇ ਨੇ ਬੈਂਕ ਆ ਜਾਓ ਜੀ, ਆਪਣੇ ਨੇੜੇ ਵਾਲੀ ਬ੍ਰਾਂਚ ਜਿਹੜੀ ਉੱਥੇ ਆ ਜਾਓ ਜਾਂ ਈਜ਼ੀ ਪੈਸੇ ਵਾਲੇ ਜਿਹੜੇ ਹੁੰਦੇ ਨੇ ਉਹ 37-37 ਤੋਂ ਕਾਲ ਹੁੰਦੀ ਹੈ, ਅਤੇ 37-37 ਤੋਂ ਕੋਈ ਬੰਦਾ ਕਾਲ ਕਰ ਨਹੀਂ ਸਕਦਾ, ਜਾਂ 345 ਵਾਲੇ ਨੰਬਰ ਤੋਂ ਹੁੰਦੀ ਹੈ ਉਹ ਵੀ ਕੰਪਨੀ ਕਰਦੀ ਹੈ, ਅਤੇ ਬਾਕੀ ਇਸ ਤਰ੍ਹਾਂ ਹੀ ਹੁੰਦਾ, ਕੋਡ ਵਗੈਰਾ ਹੁੰਦੇ ਨੇ ਉਹਨਾਂ ਦੇ, ਜਿਹੜੇ ਕੰਪਨੀਆਂ ਹੁੰਦੇ ਨੇ ਉਹਦੇ ਤੋਂ ਫੋਨ ਕਰਦੇ ਨੇ। ਤੁਹਾਨੂੰ ਮੈਂ ਕਾਲ ਜਿਹੜੀ ਰਿਕਾਰਡਿੰਗ ਕੀਤੀ ਉਹ ਸੁਣਾਉਣਾ ਵਾ, ਤੁਸੀਂ ਪਹਿਲੇ ਉਹ ਸੁਣੋ। ਅਸਲਾਮ ਵਾਲੇਕੁਮ ਜੀ ਸਰ, ਫਰਮਾਈਏ ਸਰ। ਮੇਰਾ ਏਟੀਐਮ ਕਾਰਡ ਜੋ ਹੈ ਆਪਨੇ ਮੈਸੇਜ ਕੀਆ ਕਿ ਬਲਾਕ ਹੋ ਗਿਆ। ਠੀਕ ਹੈ ਸਰ, ਕੌਣ ਸਾ ਬੈਂਕ ਕਾਰਡ ਯੂਜ ਕਰਤੇ ਆਪ? ਉਹ ਤਾਂ ਆਪਕੋ ਪਤਾ ਹੋਣਾ, ਮੇਰੇ ਪਾਸ ਤੋਂ 5-6 ਕਾਰਡ ਹੈ, ਆਪਨੇ ਮੈਸੇਜ ਕੀਆ ਕੌਣ ਸਾ ਉਹ ਹੈ? ਅਲਾਈਟ, ਐਚਕੇਲ, ਐਮਸੀ ਬੈਂਕ, ਸੈਂਟਰ ਚਾਰਟਰ, ਸਲੀਕ, ਐਮ ਅਲਾਈਟ ਔਰ ਪੰਜਾਬ। ਮੇਰੇ ਪਾਸ ਤੋਂ 5-6 ਹੈ, ਆਪ ਦੱਸ ਦੇਣਾ ਕਿ ਕੌਣ ਸਾ ਉਹ ਹੈ, ਮੈਂ ਉਸ 'ਤੇ
सारे तो बंद ही ना हुए क्योंकि दो तो मैंने अभी यूज किए हैं। HBL का HBL का नहीं बंद हुआ आज, पर ओके है बिल्कुल। अभी मैंने परचेजिंग किया उस पर। कब? अभी 10 मिनट पहले। यूज करते रहे आप उसको जी? तो यार साहब बाकी सुन लीए, मैंने इस चीज़ का पहले पता सी, मैं तो इस तरह उन्हें हैंडल किया क्योंकि मैं जान के आख्या वे कि मेरे ATM केड़ा ATM कार्ड मेरा ब्लॉक होया है। मैं दस क्योंकि मेरे को 3-4 ATM कार्ड ने, मैं दस केड़ा ब्लॉक है उन पता ही सी है कि मेरे ATM ब्लॉक होया केड़ा वे। तो ऐसी ना स्कैम कर रहा सी, मेरे को थोड़ी उस इन्फॉर्मेशन लैनी सी कि बाद मेरा ATM कार्ड यूज़ करना जो भी करना उस हैक कर लेना। तो इस तरह चीज़ तो चीज़ों तुम बच सकते हो। तो बाकी इन्हें पीछे ना जाओ, कोई बंदा मैसेज करता है या तो ATM कार्ड खराब हो गया, थोड़ा इजी पैसा नहीं चल रहा, इस तरह करो इस तरह करो, मेरे को पैसे सेंड हो गए उन्होंने दोबारा कर दो, ये सारा स्कैम करते हैं इस तरह करके। बाकी इस चीज़ तो बच जाओ। तो अगर तुम कोई करता है तो पहले इन्फॉर्मेशन की पूरी लै के फिर वो चीज़ उस तरह करो, कोड वगैरह कुछ जो तुम करते हैं वो तां सेंड करो उन्हें, ताकि पहले पूरी इन्फॉर्मेशन लैके। ज़्यादातर तो यही है करो ही ना, छोड़ दो ये बैंक लोग ही होगा, बैंक का तुम आप आखन दे जी ए मसला बने तुम बैंक आओ, बैंक जाकर तुम अपना इन्फॉर्मेशन दे सकते हो, तो पता तरीका कार का। तो बाकी यार आज के ब्लॉग में बस इन्ना ही सी, मिलने फिर नवे ब्लॉग में। यह ब्लॉग थोड़ा इन्फॉर्मेशन ब्लॉग से, थोड़ा मेरे ना स्कैम होने लगा सी, मैं बच गया, मैं थोड़े तक जो शेयर भी कर दिया जाए। बाकी फिर दुआ में याद रखो, अल्लाह हाफिज़।